कुछ नहीं होंदा अला बुरा ना मां इन्ना करना मैं नहीं आख्या ते जे अम्मा ने तुहानू कहा भी छड़िया ना ते मैं सॉरी करना मैं चलो ठीक है खुश रहो होर पक्की निकली है इहदा मतलब जुआं है ने ना जे पक्कियां निकलदियां निकलदियां जुआं है ने ओ नाल सुती सज ओ बालां जदों वधा लगदे ने बालां छड़ के ते आ जांदी बाल मगो किमो किमी फिर मेरे को आ जांदे सन ਉਧਰ ਨਾ ਆਹੋ ਅਸੀਂ ਅੰਮੀ ਬਿਮਾਰ ਸੋ ਤੁਸੀਂ ਮੇਰਾ ਦਿਲ ਬੜਾ ਹੀ ਉੱਧਰ ਮੇਰਾ ਦਿਲ ਤਾਂ ਜਾ ਕੇ ਆਪਣੀ ਮਾਂ ਨਾਲ ਸੋ ਨਾ ਹੀ ਰੋਜ਼ੀ ਉਹਦੀ ਜਾਨ ਛੱਡਦੀ ਨਾ ਮੋਈ ਜਾਨ ਛੱਡਦਾ ਇਹ ਵੀ ਕਿੰਨੇ ਭੈਣ ਭਰਾ ਉਧਰੋਂ ਉਹਦੇ ਆਪਣੇ ਬੱਚੇ ਉਹ ਮੈਨੂੰ ਮੇਰੇ ਨਾਲ ਕਿੱਥੋਂ ਮੈਂ ਤਾਂ ਬੈੱਡ 'ਤੇ ਤੇਰੇ ਬੱਚੇ ਹੋਣ ਨਾ ਤਾਂ ਵੀ ਨਹੀਂ ਮੈਂ ਤੇਰੇ ਨਾਲ ਸੌ ਸਕਦੀ ਮੈਂ ਫਿਰ ਕੋਲ ਮੰਜੀ ਡਾਹ ਲੈਂਦੀ ਸਾਂ ਸਾਧੀਆਂ ਵਜੇ ਵੀ ਗਈ ਸੀ ਨਹੀਂ ਸਾਧੀਆਂ ਦੇ ਬਾਰ ਨਾਲ ਸਾਰਿਆਂ ਦੇ ਪੇਪਰ ਸਨ ਅੱਛਾ ਅੱਛਾ ਉਸ ਦਿਨ ਦੇ ਕਹਿੰਦੇ ਸਾਹਮਣੇ ਵਾਲੇ ਗਏ ਸਨ ਹਾਂ ਸਾਹਮਣੇ ਗਏ ਸਨ ਅੱਬੂ ਵੀ ਗਏ ਸਨ ਆਹ ਚਲੋ ਗੱਡੀ ਕਰਾ ਕੇ ਗਏ ਸਨ ਇਕੱਠੇ ਸਾਰੇ ਚਲੇ ਗਏ ਸਾ ਚਲੋ ਇਹ ਚੰਗਾ ਕੀਤਾ ਇਹ ਮਤਲਬ ਧੀ ਫਿਰ ਖੁਸ਼ ਹੋ ਗਈ ਆਂਦੀ ਅੱਬੂ ਪਹਿਲੀ ਵਾਰੀ ਤੁਸੀਂ ਆਏ ਹੋ ਅਤੇ ਤੁਸੀਂ ਮੇਰੇ ਬਾਲਾਂ ਨੂੰ ਜ਼ਿਆਦਾ ਪੈਸੇ ਦੇਣਾ ਤੂੰ 5000 ਰੁਪਇਆ ਦਿੱਤਾ ਆਉਂਦਾ ਪੁੱਤਰ ਤੂੰ ਮੈਨੂੰ 10 ਛੱਡ ਦੀ ਚੱਲ ਹੁਣ ਤੂੰ ਆਏਗੀ ਤੇਰੀ ਮੈਂ ਕਸਰ ਕਰ ਛੱਡਾਂ ਹੈਂ ਅੱਛਾ ਹੁਣ ਨਹੀਂ ਤੁਹਾਡਾ ਹੁਣ ਸਾਰਿਆਂ ਵਿੱਚ 5000 ਰੁਪਈਆ ਤਾਂ ਤੁਹਾਡਾ ਹੱਕ ਬਣਦਾ ਸੀ ਮੇਰੇ ਬੱਚਿਆਂ ਨੂੰ ਜ਼ਿਆਦਾ ਪੈਸੇ ਦੇ ਚਲੋ ਮਾਂ ਮੇਰੀ ਤਾਂ ਗਰੀਬ ਨਹੀਂ ਤੁਸੀਂ ਤਾਂ ਠੀਕ ਹੋ ਨਾ ਮੈਂ ਮਾਂ ਕੋ ਤਾਂ ਅੰਮੀ ਤੁਸੀਂ ਨਾ ਦੋ ਹਜ਼ਾਰ ਰੁਪਈਆ ਦੇਣਾ ਤੁਹਾਨੂੰ ਮੈਂ ਆਪ ਹੀ ਦੇ ਦਿਆਂ ਵਾਪਸ ਮੈਂ ਚਲੋ ਠੀਕ ਉਹ ਰਸ਼ੀਅਨ ਸਟੈਂਡਰਡ ਬਣਾਇਆ ਸੀ ਜਿਹੜਾ ਫਰੂਟ ਚਾਟ ਵਰਗਾ ਨਹੀਂ ਹੁੰਦਾ ਉਹ ਹੋਟਲ 'ਚ ਸੀ ਨਾ ਆਹੋ ਉਹ ਤਾਂ ਬਣੀ ਨਵੀਂ ਉੱਥੇ ਮਾਰਕੀ ਇਮਲੀ ਦੀ ਚਟਨੀ ਰਾਇਤਾ ਚਾਨੀ ਚਾਵਲ ਜ਼ਰਦਾ ਦਾਬੂ ਚਿਕਨ ਛੋਟਾ ਗੋਸ਼ਤ ਗੋਸ਼ਤ ਚੱਲਿਆ ਗੋਸ਼ਤ ਬੜਾ ਕੁਝ ਆ ਸਾਰੇ ਨਾਨ ਤੇ ਗਏ ਇਹਨੇ ਜੀ ਬੜਾ ਉਹਨਾਂ ਵੱਡਾ ਕੀਤਾ ਅਸੀਂ ਕੰਮ ਤਾਂ ਗਏ ਕੋਈ ਨਹੀਂ ਵਿੱਚੋਂ ਪਹਿਲੇ ਨੰਬਰ 'ਤੇ ਸਾਡੀ ਸਾਰੀਆਂ ਹੀ ਗਈ ਜੀ ਉਹਦੇ ਮਾਮੇ ਵੀ ਜਿਹੜੇ ਆਏ ਨੇ ਨਾ ਥੋੜ੍ਹੇ ਆਏ ਉਹਨਾਂ ਬੜਾ ਇੰਤਜ਼ਾਮ ਕੀਤਾ ਦੇਵਰ ਆ ਗਿਆ ਉਸ ਬਾਰ ਦੇਵਰ ਨੇ ਆ ਕੇ ਤੇ ਉਹਨੇ ਆਪਣੇ ਮੁੰਡੇ ਦਾ ਕੀਕਾ ਕੀਤਾ ਨਾਲ ਦੋ ਸਾਲ ਤੇ ਤਿੰਨ ਇਹਨੇ ਵਿੱਚ ਪਾ ਲਏ ਤਿੰਨ ਚਾਰ ਅੱਗੇ ਨੀ ਲੈ ਲਏ ਕੀਤੇ ਸਾਨੂੰ ਆਪਣੇ ਬਾਲਾਂ ਤੋਂ ਤਿੰਨ ਹੁਣ ਫਿਰ ਪਾ ਲਏ ਸੀ ਨਾਲ ਚਲੋ ਜੀਆਂ ਉਹਨਾਂ ਤੇ ਪੰਜ ਲੈ ਲਏ ਕੀਤੇ ਸਨ ਗੋਸ਼ਤ ਮਾਂ ਜੀ ਤੂੰ ਪੁੱਤਰ ਇੰਨੇ ਜੀਆਂ ਦਾ ਹਿਸਾਬ ਲਾ ਹੈ ਤੂੰ ਕਿਉਂ ਬਾਜ਼ਾਰੋਂ ਗੋਸ਼ਤ ਲਿਆਉਂਦਾ ਪੰਜ ਲੈ ਲਏ ਥੋੜ੍ਹੇ ਆਉਂਦਾ ਵੀ ਕੁਛ ਨਹੀਂ ਹੁੰਦਾ ਚੁੱਪੇ ਚਲੋ ਕੱਠ ਜਿਹਾ ਹੀ ਜਾਂਦਾ ਕਿ ਜਲਦੀ ਸਭ ਦੇ ਹੀ ਤਕਰੀਬਨ ਹੋਈ ਜਾਂਦੇ ਨੇ ਮਹਿਮਾਨ ਵੀ ਹੋਈ ਜਾਂਦੇ ਨੇ ਹਾਂ ਮੇਰੇ ਸਿਰ 'ਚੋਂ ਪੱਕੀਆਂ ਲੀਖਾਂ ਨਿਕਲਣ ਡਈਆਂ ਨੇ ਚਿਕਰੀ ਤਾਂ ਜੱਗੇ ਨਾਲ ਘੱਟ ਹੋਈ ਹੈ ਇਹ ਕਾਲਾ ਕੋਲਾ ਲਾ ਲਈ ਤਾਂ ਕਾਲਾ ਕੋਲਾ ਤੇ ਸ਼ੈਂਪੂ ਵੀ ਜਿਹੜਾ ਨੀ ਉਹ ਬਾਇਓ ਅਮਲਾ ਉਹ ਲਿਆਂਦਾ ਵੱਡੀ ਸ਼ੀਸ਼ੀ ਤੁਹਾਨੂੰ ਤੇ ਉਹ ਹੈਡ ਸ਼ੋਲਡਰ ਸੂਟ ਕਰਦਾ ਉਹ ਮਹਿੰਗਾ ਬੜਾ ਸੂਟ ਸਭਾ ਮੈਂ ਜਿਹੜਾ ਨਾ 200 ਤੇ ਰੇ 40 ਦਾ ਦਿੱਤਾ ਸੀ ਤੇ 220 ਦਾ ਦਿੱਤਾ ਸੀ ਆਹ ਤਾਰਕ ਨੇ ਉਹ ਤੇ ਛੋਟੀ ਸ਼ੀਸ਼ੀ ਇੰਨੇ ਦੀ ਰੇ ਹੁੰਦੀ ਇਹ ਮੈਨੂੰ ਸਹਾ ਗਿਆ ਇਹ ਜਿਹੜਾ ਨਾ ਅਨਾਇਆ ਦੇ ਵੇਖੇ ਵਾਲ ਕਿੱਡੇ ਸੋਹਣੇ ਹੋਏ ਨੇ ਉਹ ਤੇ ਅੱਜ ਸਰ ਜਿਵੇਂ ਉੱਤਰੇ ਅੱਗ ਨਹੀਂ ਲੱਗੀ ਹੁੰਦੀ ਭੂਸਲੇ ਜੇ ਇਹਦੇ ਨਾਲ ਬੜਾ ਫਰਕ ਪਿਆ ਲੇਕਿਨ ਉਹਦੀ ਸਰਦੀਆਂ ਚ ਚਲੀ ਜਾਂਦੀ ਹੈ ਗਰਮੀਆਂ ਚ ਆਉਂਦੀ ਸੋ ਬੜੀ ਖਾਰਿਸ਼ ਹੁੰਦੀ ਹੈ ਸ਼ਾਮ ਲੋਡੇ ਵੇਲੇ ਤਾਂ ਦੋਵੇਂ ਮੁੰਡੇ ਆਏ ਸਨ ਕਿਦੋਂ ਗਈ ਫਿਰ ਸ਼ਾਮ ਨੂੰ ਗਈ ਸੀ ਇਹ ਸਾਡੇ ਬਾਅਦ ਚੋਂ ਅਸੀਂ ਉਧਰੋਂ ਨਿਕਲੇ ਹਾਂ ਨਾ ਲੋਹਰੋਂ ਅੱਛਾ ਅਸੀਂ ਲੋਹਰੋਂ ਸਿੱਧਾ ਗਏ ਸਾਨੂੰ ਵੀ ਤੁਰੇ ਕਿੰਨੇ 1 ਵਜੇ ਅਸੀਂ ਨਿਕਲੇ ਹਾਂ ਉੱਥੇ ਰਸ਼ ਬੜਾ ਸੀ ਨਾ ਅੱਛਾ ਉਹ ਹੁੰਦਾ ਸੀ ਪਿਆ ਵਕੀਲਾਂ ਦੀ ਉਹ ਸਨ ਇਲੈਕਸ਼ਨ ਸਨ ਅੱਛਾ ਲੋਹਰ 'ਚ ਪਤਾ ਉਹ ਇਲੈਕਸ਼ਨ ਨਾਲੇ ਉਂਝ ਵੀ ਰਹਿੰਦਾ ਇਮਰਾਨ ਖਾਨ ਨਹੀਂ ਆਉਣਾ ਲੋਹਰ ਨਹੀਂ ਇਹ ਤਾਂ ਨਹੀਂ ਮੈਂ ਖਬਰਾਂ 'ਚ ਮੈਨੂੰ ਦੱਸਿਆ ਸੀ ਉਹਨਾਂ ਨੇ ਇਮਰਾਨ ਖਾਨ ਲੋਹਰ ਆ ਮੈਨੂੰ ਪਤਾ
ਮੁਕੱਦਸ ਉਹ ਲਾਈ ਤਾਂ ਹੈ ਕੋ ਨਹੀਂ, ਹੱਥ 'ਚ ਫੜਿਆ ਹੈ ਮੋਬਾਈਲ। ਉਹ ਜਦੋਂ ਛਵਾਵਾਂ ਲੱਗਣੀਆਂ ਹੋਣੀਆਂ ਨੇ ਉਦੋਂ ਫਿਰ ਬਾਜੀ ਦੀ ਤਬੀਅਤ ਖਰਾਬ ਹੋਣੀ, ਉਸ ਦਿਨ ਵੀ ਹਾਏ ਹਾਏ ਕਰਦੇ ਸਨ ਪਏ ਜਿੱਦਾਂ ਸੀਗੇ ਹੈ ਨਾ। ਸਭਾ ਜ਼ਿੰਦਗੀ ਦਾ ਕੋਈ ਪਤਾ ਨਹੀਂ ਬੰਦੇ ਨੂੰ, ਦਿਲ ਕਰੇ ਤਾਂ ਚੱਲਦੇ ਚੱਲਦੇ ਘੜੀ 'ਤੇ। ਇੱਕ ਦਿਨ ਅੱਗੇ ਵੀ ਮੈਨੂੰ ਇੰਨਾ ਗੋਤਾ ਛਿੜਿਆ, ਮੈਨੂੰ ਸਾਰੀ ਅੰਮਾ ਦੀ ਅੰਮਾ ਨੂੰ ਵੀ ਜਦੋਂ ਗੋਤਾ ਛਿੜਦਾ ਉਹਨਾਂ ਨੂੰ ਸਾਂਸ ਦਾ ਮਸਲਾ। ਆਹੋ, ਅਤੇ ਮੈਂ ਆਖਿਆ ਮੈਂ ਹੋਰੇ ਮਾਲਟਾ ਖਾ ਲਿਆ, ਮੈਂ ਪਤਾ ਮਾਲਟਾ ਬੜਾ ਘੱਟ ਖਾਂਦੀ ਹਾਂ, ਮੈਂ ਕਹਿੰਦੀ ਮੈਂ 2 ਕਿਲੋ ਖਾ ਲਈ ਨੇ ਤਾਂ ਮੈਨੂੰ ਅੱਜ ਮੈਂ ਕੋਈ ਸ਼ੈ ਨਹੀਂ ਖਾਧੀ। ਮੈਨੂੰ ਲੱਗਦਾ ਜਿਹੜਾ ਸੀਰਪ ਲਿਆਂਦਾ ਨਾ ਬੜਾ ਮਹਿੰਗਾ, 400 ਰੁਪਏ ਦਾ ਇੱਕ ਸੀਰਪ ਹੈ, ਇਹ ਮੇਰਾ ਹਰ ਉਹਦੇ ਨਾਲ ਮੇਰਾ ਜਿਹੜਾ ਜੰਮੇ ਨੇ ਨਾ ਉਹ ਕੱਢਦਾ ਪਿਆ ਰੇਸ਼ਾ, ਉਹਦੀ ਵਜ੍ਹਾ ਕਰਕੇ ਮੈਨੂੰ ਖਾਂਸੀ ਛਿੜੀ ਹੈ। ਤੁਸੀਂ ਤਲੀ ਹੋਈ ਨਾਨ ਦੀ ਬਜਾਏ ਨਾ ਬਾਜੀ, ਮੈਂ ਨਹੀਂ ਆ ਕਦੀ ਆ ਨਹੀਂ ਆ ਜੋ ਵੀ ਖਾਦੇ ਕਿ ਉਹਦੀ ਬਜਾਏ ਨਾ ਬਾਜੀ, ਉਹ ਕੀ ਨਾ ਹੈ ਚਾਏ ਦੇ ਨਾਲ ਕੋਈ ਹੋਰ ਚੀਜ਼ ਲੈ ਲੈਂਦੇ ਨਾ। ਇਹੋ ਹੀ ਗੱਲ ਹੀ ਫਿਰ ਉੱਥੇ ਵੀ ਨਾ ਗੱਖਣ ਮੈਂ ਸਹੀ ਹੋ ਗਈ ਸਾਂ, ਸਬੂਤਾਂ ਆਉਂਦੀਆਂ ਜ਼ਹਿਰਾ ਮੇਰਾ ਦਿਲ ਕਰਦਾ ਮੈਨੂੰ ਆਲੂਆਂ ਵਾਲਾ ਪਰਾਂਠਾ ਬਣਾ ਕੇ ਦੇਣੇ, ਬੜੇ ਸੋਹਣੇ ਪਰਾਂਠੇ ਰੋੜ ਰੋੜ ਕੇ ਪਕਾ ਕੇ, ਸਾਰਾ ਦਿਨ ਮੈਂ ਖਾਧਾ ਵੀ ਕੁਛ ਨਾ, ਉੱਦਣ ਦੀ ਮੈਨੂੰ ਖਾਂਸੀ ਸ਼ੁਰੂ ਹੋਈ। ਅੱਜ ਫਿਰ ਮੇਰਾ ਸੁੱਕੀ ਰੋਟੀ ਵੇਖ ਕੇ ਦਿਲ ਮੈਨੂੰ ਦਿਨ 9 ਵਜੇ ਦਿੱਤੀ, ਮੇਰਾ ਦਿਲ ਹੀ ਨਹੀਂ ਕਰਦਾ ਰੋਟੀ ਖਾਣ 'ਤੇ, ਮੈਂ ਚੁੱਕ ਲੈ ਮੈਂ ਨਹੀਂ ਲੈਣੀ, ਮੈਨੂੰ ਨਾਨ ਦੇਣਾ ਜ਼ਰਾ ਗਰਮ ਕਰ ਦੇ ਚਾਹ ਨਾਲ, ਮੈਂ ਉਹ ਖਾ ਲੈਂਦੀ ਹਾਂ, ਤਾਂ ਹੀ ਅੱਜ ਖਾਂਸੀ ਹੋਈ ਹੈ, ਚਾਹ ਨਾਲ ਉਹ ਖਾ। ਅਸੀਂ ਉਹ ਹੀ ਵਰਤਨੇ ਆਪੇ ਜਿਹੜਾ ਨਹੀਂ ਆਇਲ ਆਇਲ, ਉਹ ਜਿਹੜਾ ਆਹਦੇ ਨੀ ਸੂਰਜ ਮੁਖੀਆ ਉਹ ਆਇਲ ਸਨਫਲਾਵਰ ਦਾ, ਆਹੋ ਉਹ ਸਮਾਲ ਹਾਂਡੀ ਨੂੰ ਵੀ ਉਹੀ ਲਾਉਂਦੇ ਹਾਂ, ਅਤੇ ਰੋਟੀਆਂ ਨੂੰ ਅਸੀਂ, ਮੈਨੂੰ ਰੋਟੀਆਂ ਵਾਸਤੇ ਹੋਰ ਲਿਆ ਦਿਓ, ਘਿਓ ਸੂਫੀ ਦਾ ਪੈਕਟ ਇੱਕ ਲਿਆ ਦਿਓ, ਸਾਡਾ ਬੜਾ ਚਿਰ ਨਾ, ਮੈਂ ਆਖਿਆ ਇਹੋ ਹੀ ਲਾ ਕੇ ਦਿਓ, ਬਾਹਰ ਹੀ ਬਸ 2 ਖਾਂਦੇ ਨੇ ਰੋਟੀਆਂ ਮਾੜਾ ਜਿਹਾ ਉੱਤੇ ਲਾ ਦਿਓ, ਅਸੀਂ ਤਾਂ ਮੈਂ ਵੀ ਸੁੱਕੀ ਰੋਟੀ ਖਾਂਦੀ ਹਾਂ, ਮੈਂ ਵੀ ਸੁੱਕੀ ਰੋਟੀ। ਕੋਈ ਜੂ ਜਿਹੜੀ ਨਾ ਮੇਰੇ ਹੱਥ ਚੜ੍ਹ ਕੇ ਨਿਕਲ ਗਈ ਜਿਹੜੀ, ਕੋਈ ਕੋਈ ਪੱਕੀ ਗਈ ਹੈ ਨਾ, ਕੱਚੀ ਕੱਚੀ ਇੱਕ ਅੱਧ ਨਿਕਲੀ ਅਤੇ ਕੁਛ ਨਿਕਲੀ ਨਾ, ਜ਼ਿਆਦਾ ਨਹੀਂ ਅਜੇ ਤੜੇ ਹੈ, ਸਾਰਾ ਦੇ ਸਿਰ 'ਚ ਬੜੀ ਜੇ ਜੂ ਸੀ, ਉਹ ਦਵਾਹਾਂਦੀ ਨਹੀਂ ਨਾ ਆਉਣੀ, ਦਵਾਹਾਂਦੀ ਉੱਥੇ ਤਾਂ ਕੋਈ ਨਹੀਂ ਵੇਖਣ ਵਾਲਾ, ਇੱਥੇ ਹੁੰਦੀ ਨਾ ਜਦੋਂ ਫਿਰ ਬੜਾ, ਬਸ ਇਹਨੇ ਫਿਰ ਗੰਦ ਪਾਇਆ ਹੈ ਨਾ, ਕਿੱਦਾਂ ਨਾ, ਆਹੋ ਇਹਨੇ ਗੰਦ ਪਾਇਆ, ਅਤੇ ਮਾਰੋਗੇ ਕਹਿੰਦੇ ਮੈਂ ਮਾਰ ਲੈਂਦੀ ਹਾਂ, ਨਹੀਂ ਆ ਵੇਖੋ ਬਾਜੀ ਉੱਥੇ ਆਣਾ ਮਾਰੋ, ਕੁਛ ਨਹੀਂ ਹੁੰਦਾ ਨਾ ਉਹ ਤਾਂ ਮਾਰੋ, ਉਹ ਵਹਾ ਨਹੀਂ, ਹਾਂ ਇਹਨੇ ਫਿਰ ਉਹ ਹਲਕਾ ਫੁਲਕਾ ਗੰਦ ਜਿਹੜਾ, ਆਹੋ ਇਹਨੇ ਪਾਇਆ ਏਡਾ ਮੋਟਾ ਪਲਿਆ ਪਿਓਰ ਆਈ ਜੇ, ਆਹੋ ਤੇ ਆਪੀ ਇੱਕ ਜੂਨ ਚੜ੍ਹ ਜਾਣਾ ਮੇਰਾ, ਇੰਨਾ ਦਿਲ ਮੇਰਾ ਦਿਲ ਕਰਦਾ, ਮੈਨੂੰ ਖਾਰਸ਼ ਹੁੰਦੀ ਸੀ ਪਈ, ਮੈਂ ਪਈ ਸਭ ਫਿਰ ਉਹ ਤਾਂ ਦਰਾਣੀ ਵਜ੍ਹਾ ਕਰਕੇ ਹੁੰਦੀ ਹੈ ਪਈ, ਮੇਰਾ ਕਈ ਚੇਰ ਹੋ ਗਿਆ ਪੁੱਟ ਪਾਲਣਾ ਹੈ ਨਾ, ਉਹ ਜੋ ਬਿਮਾਰ ਹੋਈ ਹੋਏ ਨਾ ਫਿਰ ਤੁਹਾਨੂੰ ਪਤਾ ਵੱਡੇ ਬੰਦੇ ਦਾ ਨਹੀਂ ਦਿਲ ਕਰਦਾ ਖਾਣ 'ਤੇ, ਤਾਂ ਉਹਦੇ ਗਲੇ ਵੀ ਏਡੇ ਏਡੇ ਵੱਡੇ ਪਏ ਨੇ, ਇਹਨੇ ਬਿਮਾਰ ਹੋਣ ਤੋਂ ਬਾਅਦ ਨਾ ਆਈਸਕ੍ਰੀਮ ਖਾਧੀ ਬਸ, ਭਾਅ ਜੀ ਇੱਧਰੋਂ ਨਿਕਲ ਇਹਦੇ ਪਏ ਵੀ ਤਾਂ ਇੱਧਰੋਂ ਹੀ ਨਿਕਲੇ, ਮੈਂ ਅਜੇ ਇੱਧਰੋਂ ਵੇਖ ਕੇ ਗਈ ਹਾਂ, ਭਲਾ ਹੋਵੇ ਤੇਰਾ ਜਿਵੇਂ ਤੇ ਇੰਨਾ ਹੋਰ ਦਿਹਾੜੀ ਰਹਿੰਦੀ ਨਾ, ਮੈਂ ਬੜਾ ਗੰਦ ਪਾ ਦੇਣਾ ਸੁਣਦਾ, ਪਰਸੋਂ ਚੌਥ ਲਾਈ ਸੋ ਮਸ਼ੀਨ ਤੇ ਬੈਲਟ ਟੁੱਟ ਗਿਆ ਸੀ, ਦਾਦਰ ਪਾਈ ਤੇ ਬੈਲਟ ਟੁੱਟ ਗਿਆ, ਅੱਜ ਬੈਲਟ ਪਿਆ ਸੀ ਤੇ ਆਪੇ ਪਾੜ ਲਿਆ, ਦੋ ਤਿੰਨ ਸਲਾਹ ਘੱਲੇ ਨੂੰ ਹੁੰਦੇ ਨੇ ਤੇ ਫਿਰ ਆਪੇ ਪਾ ਲਿਆ, ਕੁੜੀਆਂ 'ਚ ਜ਼ਿਆਦਾ ਛੁੱਟੇ ਵਾਲ ਅਗਲੇ ਹਿੱਸੇ 'ਚ ਬੋਤੇ, ਪਿੱਛੇ ਘੱਟ ਨਾ, ਪਿੱਛੇ ਕੋ ਨਹੀਂ ਹੈ, ਅਗਲੇ ਹੀ ਤੀਨੇ ਬੋਤੇ ਵਜ਼ੂ ਕਰ ਲਈਆਂ ਨਾ, ਵਜ਼ੂ ਦੀ ਵਜ੍ਹਾ ਕਰਕੇ ਸਾਰੇ ਅੱਗੋਂ ਹੀ ਛੁੱਟੇ ਹੋਏ ਨੇ,
ਬਾਈ ਨਿੱਕਾ ਰਾਈਡਾ ਹੱਸਦਾ ਜੇ ਅਜ਼ਰ ਦਾ ਨਾ ਮੈਂ ਪਹਿਲੀ ਵਾਰੀ ਉਦਨ ਚੁੱਕਿਆ ਤੇ ਵੇਲਾ ਆ ਗਿਆ ਸੀ ਜ਼ਰਾ ਨਹੀਂ ਸੀ ਫਲਾਇਆ ਹੁੰਦਾ ਨਾ ਬੱਚਾ ਫਲਾਉਂਦਾ ਹਾਂ ਜ਼ਰਾ ਨਹੀਂ ਸੀ ਫਲਾਇਆ ਤੋ ਤੇ ਅਲੀ ਸਾਨੂੰ ਵੇਖ ਕੇ ਅੰਦਰ ਹੀ ਨਾ ਆਏ ਗੱਦਸ ਕੋ ਰਿਸ਼ਾ ਹੀ ਡਰਦਾ ਸੀ ਮੈਂ ਕਿਹਾ ਅੱਗੇ ਉਸਨੇ ਮਾਮੂ ਮਾਮੂ ਕਰਦਾ ਸੀ ਤੇ ਅੰਦਰ ਹੀ ਨਾ ਆਏ ਉਹ ਛੱਡ ਕੇ ਨਾ ਤੁਰ ਗਿਆ ਮੇਰੇ ਕੋਲ ਆਂਦਾ ਮੈਨੂੰ ਫੜੋ ਮੈਂ ਨਮਾਜ਼ ਪੜਾ ਖੇਡਦਾ ਰਿਹਾ ਆਹੋ ਉਹ ਫਿਰ ਨਾ ਮੈਨੂੰ ਲੱਗੇ ਕਿ ਇਹਨੇ ਪੋਟੀ ਕੀਤੀ ਉਹਨੂੰ ਸਮੈਲ ਪਈ ਆਵੇ ਮੈਂ ਪੈਂਪਰ ਅਜੇ ਨਵਾਂ ਹੀ ਸੀ ਮੈਂ ਕਿਹਾ ਲੱਗਦਾ ਅੱਜ ਹੁਣ ਲਾ ਕੇ ਚੱਲਿਆ ਸੀ ਪੋਟੀ ਕਰ ਚੱਲੀ ਉਹ ਰੱਖ ਲੱਗ ਲਿਆਓ ਮੈਨੂੰ ਮੈਂ ਫਿਰ ਨਮਾਜ਼ ਪੜ੍ਹਨ ਲਾ ਪਈ ਫਿਰ ਆਇਆ ਪੋਟੀ ਪਿਸ਼ਾਬ ਸਾਰ ਕਰੇਗਾ ਲਾ ਕੇ ਫਿਰ ਨੰਗਾ ਫਿਰੇਗਾ ਪਿਆ ਫਿਰ ਕੋਈ ਨਾਇਆ ਦੇ ਪਾ ਪੂ ਕੇ ਕਰ ਲੈਣੀ ਆਖੇਗਾ ਨਾ ਦਾਦੋ ਅਬੂ ਜੇ ਪੈਂਟੀ ਡਾਲ ਦੋ ਮੈਂ ਕਿਹਾ ਇੰਨੀਆਂ ਪੈਂਟੀਆਂ ਕਿੱਥੋਂ ਲਿਆਵਾਂ ਮੈਂ ਹੁਣ ਗੱਲਾਂ ਸਹੀ ਕਰਦਾ ਆਹੋ ਉਹ ਤੇ ਬੜੀਆਂ ਟਾਕਦਾ ਬੜੀਆਂ ਗੱਲਾਂ ਸਾਫ ਸੁਥਰੀਆਂ ਕਰਦਾ ਮੇਰਾ ਬੇਟੂ ਜਿਹੜਾ ਵੱਡਾ ਹੈ ਨਾ ਉਹ ਯਾਰ ਲੋਈਏ ਇਹ ਜਿਹੜਾ ਛੋਟੇ ਨਾ ਹਾਏ ਹਾਏ ਬਹੁਤ ਪਿਆਰੇ ਮਮਾ ਸਹੀ ਭਈ ਆ ਬੈਠੋ ਆਪੀ ਪੁੱਪੋ ਆਪੀ ਵੀ ਮਮਾ ਆਪੀ ਮੇਰੇ ਟਿੱਡੂ ਮੇਰੇ ਸੋਨੇ ਟਿੱਡੂ ਇਹ ਨੀਚੇ ਬੈਠੋ ਨਾ ਨੀਚੇ ਕੋ ਬੈਠੋ ਮੇਰੇ ਗੋਦੀ ਵਿੱਚ ਬੈਠੋ ਇਹ ਪਲਕਾਂ ਕਿਸ ਕੀ ਹੈ ਇਤਨੀ ਪਿਆਰੀ ਪਤਾ ਨਹੀਂ ਕੀ ਹੈ ਕਰਦੀ ਰੋਜ਼ੀ ਪਕੜਾ ਮੈਨੂੰ ਸਕੂਨ ਮਿਲ ਗਿਆ ਉਹ ਜੈਸੇ ਹਲਕਾ ਹਲਕਾ ਨਹੀਂ ਹੁੰਦਾ ਉਹ ਗੁਦਗੁਦੀ ਮਾਮਾ ਮੈਂ ਦਿਵਾਂ ਕਾ ਲਈ ਆਈ ਚਲੀ ਨਹੀਂ ਪਿਆ ਦੇ ਉਹਨੇ ਨਾ ਉਹਨੇ ਨੇ ਕਿਹਾ ਡਾਕਟਰ ਨੇ ਕਿਹਾ ਕਿ ਜਿੰਨੀ ਇਹਦੀ ਏਜ ਹੈ ਨਾ ਉਹਨੇ ਇਹਦੇ ਦਾਦੇ ਨੇ ਬਾਅਦ ਆਹੋ ਨਹੀਂ ਵੱਡਾ ਅਸਨ ਮੈਂ ਕਿਹਾ ਦੰਦਾਂ ਦਾ ਕੋਈ ਨਹੀਂ ਉਹ ਟਾਈਮ ਨਾਲ ਆਪੇ ਹੀ ਆ ਜਾਣੀ ਬਾਈ ਸ਼ੀਨਾ ਕਹਿੰਦੇ ਹਰੀ ਵੱਡੀ ਕੁੜੀ ਬੜੀ ਸੋਹਣੀ ਹੈ ਮੈਂ ਕਿਹਾ ਉਦੋਂ ਮੈਂ ਗਈ ਹਾਂ ਉਦੋਂ ਸੁੱਤੀ ਸੀ ਕਹਿੰਦੇ ਸਭਾ ਬੜੀ ਪਿਆਰੀ ਹੈ ਉਹਦੀ ਬੇਟੀ ਮਰੀਆਂ ਦੋਵੇਂ ਪਿਆਰੀਆਂ ਮੇਰੀਆਂ ਬੇਟੀਆਂ ਦੋਵੇਂ ਇੱਕ ਦੋਵੇਂ ਸੁੱਤੀਆਂ ਸਨ ਜਿਸ ਦਿਨ ਅਸੀਂ ਗਏ ਹਾਂ ਪਤਾ ਤੁਸੀਂ ਮੈਨੂੰ ਕਹਿੰਦੇ ਸੀ ਮੈਂ ਤੇਰੀ ਤੈਨੂੰ ਇਹਦੀ ਕੁੜੀ ਵਹਾਨੀ ਹੈ ਤੇ ਸੁੱਤੀ ਸੀ ਆਹੋ ਦੋਵੇਂ ਪਿਲੀ ਪਿਆਰੀ ਹੈ ਮੈਨੂੰ ਤੇ ਹੀ ਬਾਅਦ ਬੜਾ ਸੋਹਣਾ ਲੱਗਦਾ ਹੈ ਮਲਾਪੜਾ ਹਾਂ ਹੱਸਦਾ ਰਹਿੰਦਾ ਹੈ ਕੁੜੀਆਂ ਵੀ ਦੋਵੇਂ ਹੈ ਜਿੰਨੀਆਂ ਆਹਾਂ ਤੇ ਵੱਡਾ ਜਿਹੜਾ ਸੁਣਾ ਯਾਨ ਉਹ ਬੇਵਕੂਫੀ ਹਮਾਰ ਛੋਟੇ ਸਾਰੇ ਜਿਹੜੇ ਬੱਚੇ ਨੂੰ ਸਮਝਦਾਰ ਅੱਜ ਕੱਲ ਬੱਚਿਆਂ ਦੇ ਦੰਦ ਹੀ ਨਹੀਂ ਨਿਕਲਦੇ ਸਫੀ ਦੇ ਕਿੰਨੇ ਚਿਰ ਦੇ ਟੁੱਟੇ ਨੇ ਤਾਂ ਉਹਦੀ ਮੰਮੀ ਡਾਕਟਰ ਨੇ ਖਾਣਾ ਹਾਂ ਚਲੋ ਖਾਣਾ ਖਾਓ ਕਾ ਟੁੱਟਾ ਹੈ ਮੇਰਾ ਤਾਂ ਵੈਸੇ ਟੁੱਟ ਗਿਆ ਆਪਕਾ ਕੌਣ ਸੀ ਉਮਰ ਮੇਂ ਆ ਕੇ ਟੁੱਟਾ ਹੈ ਮੇਰੀ ਦਾੜ ਟੁੱਟ ਗਈ ਆਪਕੇ ਪੂਰੇ ਕੇ ਪੂਰੇ ਦਾੜ ਖੋੜ ਹੋ ਗਿਆ ਇਤਨਾ ਮੋਟਾ ਇੱਕ ਪਿੱਦਾ ਮੇਰੇ ਸਾਸੇ ਨਿਕਲਿਆ ਔਰ ਕਿਤਨੀ ਪੱਕੀ ਲਿਖੇ ਦਾਦ ਨਿਕਲਣੀ ਮੇਰੇ ਹਾਂ ਆਏ ਸਨ ਆਏ ਕਦੋਂ ਨੇ ਤੁਹਾਡੇ ਘਰ ਬੜੀਆਂ ਜੁਆ ਸਹਿਰਾ ਦੇ ਸਿਰ ਤੇ ਮਾਹਰ ਦੇ ਸਿਰ ਤੇ ਜਦੋਂ ਆਂਦੀ ਹੈ ਮਾਪੀ ਤੇ ਕੱਢ ਦਿਆ ਕਰੋ ਉਸ ਸਾਡੀ ਕਲਾ ਕੇ ਜਾਂਦੀ ਹੈ ਨਾ ਚਲ ਕੱਢ ਦਈਏ ਫਿਰ ਆਪਣੇ ਚ ਪਹਿਲਾਂ ਆਪਣਾ ਟਾਈਮ ਲੱਗਦਾ ਤੇ ਨਾ ਕੱਢ ਨਹੀਂ ਉਹ ਕਹਿੰਦੀ ਮਾਮੀ ਮੈਂ ਕੁਕਿੰਗ ਵਗੈਰਾ ਵੀ ਕਰਦੀ ਹੈ ਨਾ ਤੇ ਉਹਦੇ ਚ ਵੀ ਪਤਾ ਪਸੀਨਾ ਆਉਂਦਾ ਸਿਰ ਚ ਤੇ ਉਹਦੇ ਚ ਵੀ ਪਾਈ ਜਾਂਦੀਆਂ ਨੇ ਤੇ ਕੁਕਿੰਗ ਇਹੋ ਕਰਦੀ ਹੈ ਜ਼ਿਆਦਾ ਉਹ ਵੀ ਵਾਵਾ ਹੋਇਆ ਹੈ ਦੇਵਰ ਦਾ ਪਿਆਰਾ ਹੋਇਆ ਮਾਸ਼ਾਅੱਲਾ ਸੋਹਣਾ ਮਾਸ਼ਾਅੱਲਾ ਸਾਰੇ ਘਰ ਚ ਮੁੰਡੇ ਮੁੰਡੇ ਹੈ ਕੁੜੀਆਂ ਉਹਦੀਆਂ ਹੀ ਆਉਂਦੀਆਂ ਹੋਣੀਆਂ ਨੇ ਤੇ ਨਾ ਤਾਂ ਮੈਂ ਬਰਗਰ ਖਾਧੀ ਤੇ ਨਾ ਮੈਂ ਬੋਤਲ ਪੀਤੀ ਮੈਂ ਨਹੀਂ ਬਰਗਰ ਵੀ ਖਾਧੀ ਨਹੀਂ ਤੇ ਨਵਾਂ ਨਹੀਂ ਤੇ ਨਵੀਂ ਗੱਲ ਸੁਣੋ ਨਾ ਵਜ਼ੀਰ ਆਜ਼ਮ ਕੌਣ ਹੈ ਫਿਰ ਮੈਂ ਇਸ ਕੋ ਬਤਾਇਆ ਕਿ ਉਹ ਹੈ ਮੈਂਗੋ ਕਹਿੰਦਾ ਉਸ ਬੜਾ ਤੋ ਤਰਬੂਜ਼ ਵੀ ਹੈ ਪਪੀਤਾ ਵੀ ਹੈ ਫਿਰ ਉਹਨੇ ਇਹ ਕੁਐਸਚਨ ਕੀਤਾ ਉਹਨੂੰ ਕੀ ਬਣਾਇਆ ਵਜ਼ੀਰ ਆਜ਼ਮ ਅਸੀਂ ਕਿਹਾ ਕਿ ਉਹ ਬਹੁਤ ਮਿੱਠਾ ਹੁੰਦਾ ਤੇ ਨਾਲੇ ਸਭ ਨੂੰ ਪਸੰਦ ਵੀ ਹੁੰਦਾ ਤੇ ਮਜ਼ੇਦਾਰ ਵੀ ਹੁੰਦਾ
फिर ये फूफो बड़ा पसंद है ये हमें फिर फूफो समझ ही नहीं आई फिर हम चुप कर गए मुझको बड़ा पसंद है मुझे नहीं पसंद मैंगो नहीं इतना मजा का होता है मैंगो तो मुंडा जो निकल दिया जब जहाँ आप गए हुए थे वहाँ हम गया हुआ था अली भी गया हुआ था जब हम घर गए थे ना उसके पास एक ना छोटा सा बोतल का होता है उसके ऊपर ग्लू लगी थी तो ऐसे हम जब करते थे ना तो ऐसे उसके साथ चिकप जाता था तो बड़े पापा आपको बड़ा प्यार कहते हैं आपके बड़े पापा बड़े आपको बड़ा प्यार करते हैं इसने तो इब्रार अहमद के साथ भी खेला है इब्रार अहमद तो अलहम की तरह मारता है बड़ा नहीं इसको नहीं था मारा नहीं इसके साथ तो खेल रहा था कल आए सर कल इसे दोवे ना आया तो खेलने कभी तो मामा पापा बन जाते सर कभी टीचर थे आपको बताया मामा आपको तो ना टाइम मिलना तो ना आपने जाना मैं तो जा रहा हूं नानू जी ना के घर ਫਿਰ ਨਜ਼ਾਰਾ ਨੇ ਫੋਨ ਕੀਤਾ ਪੁੱਪੋ ਆ ਜਾਓ ਅੱਲਾ ਦਾ ਵਾਸਤਾ ਹੁਣ ਤਾਂ ਬਾਲ ਗੱਲਾਂ ਕਰਦੇ ਆ ਤੁਸੀਂ ਜ਼ਰੂਰ ਲਾਰਾ ਲਾ ਸਕਦੇ ਆਉਂਦੇ ਕੋਈ ਨਹੀਂ ਮੈਂ ਸਾਨੀ ਤੇ ਹੈ ਅੱਛਾ ਮੈਂ ਆਵਾਂ ਵੀ ਉਹ ਸਮਾਨ ਆਉਂਦੀ ਸੀ ਲਾਹੌਰ ਨਾ ਮੈਂ ਲੈ ਕੇ ਚੱਲੇ ਤਾਂ ਕਹਿੰਦੀ ਸੀ ਤਾਂ ਮੈਂ ਕਿਹਾ ਬਾਜੀ ਆਉਂਦੇ ਸਨ ਤੇ ਬਾਜੀ ਦੇ ਨਾਲ ਕਰਦੇ ਚੱਲ ਤੈਨੂੰ ਟਾਈਮ ਨਹੀਂ ਮਿਲਦਾ ਅੱਜ ਪੁੱਪੋ ਰੋ ਗਿਆ ਸੀ ਇਹਨਾਂ ਨੂੰ ਲੈ ਕੇ ਜਾਣਾ ਬੜਾ ਯਾਦ ਕਰਦੇ ਹੁੰਦੇ ਨਾ ਸਮਾਂ ਲਾਹੌਰ ਜਾਣਾ ਤੇ ਮੇਰੇ ਨਾਲ ਚੱਲਿਓ ਜੇ ਤੇ ਅਸੀਂ ਨਾ ਦੋ ਚਾਰ ਦਿਨ ਰਹਿ ਕੇ ਆਵਾਂਗੇ ਮੈਂ ਕਿਹਾ ਅੱਛਾ उधर तो रे उन्हें चक्कर ही नहीं लाया पिदे ने इधर ही फिर रहा ठंड पै गई कसने ਮੈਨੂੰ ਖਾਰਸ਼ ਹੁੰਦੀ ਸੀ ਮੈਂ ਸਿਰ ਤਦਰਾ ਸਭ ਦਾ ਹੋ ਉਹ ਵੀ ਐਂ ਜਿਹਦੀਆਂ ਛੋਟੀਆਂ ਛੋਟੀ ਜਗ੍ਹਾ ਤੇ ਨਾ ਹਾਂ ਮਮਾ ਜੀ ਲਾ ਦੇ ਕਾਕਾ ਮੇਰਾ ਬਿੱਲ ਪਤਾ ਲਾ ਕੇ ਆ ਮੇਰੇ ਕੋਲ ਜਾਨਨ ਕਾਵਾ ਪੀਆ ਨਹੀਂ ਬਾਬਾ ਬੋਲੋ ਪੀ ਲੋ ਕੁਛ ਨਹੀਂ ਹੁੰਦਾ ਤਾਂ ਆਮ ਆ ਜਾਏਗਾ ਗਲੇ ਕੋਲ ਸਕੂਨ ਆ ਜਾਏਗਾ ਜਾਨਾ ਲਈ ਮੈਂ ਤਾਂ ਸਾਦਾ ਹੀ ਪੀ ਲੈਣਾ ਸੀ ਉਹਦੇ ਸਰਕਾ ਮਗੋਲ ਪਾਇਆ ਮੈਂ ਕਿਹਾ ਮੁਝੇ ਗਾਵਾ ਤੇ ਮਜ਼ਾ ਆਤਾ ਬੜਾ ਜ਼ਿਆਦਾ ਚੱਲ ਨਹੀਂ ਟੁੱਟ ਗਈ ਮੋਬਾਈਲ ਲੈ ਲਓ ਮਮਾ ਨਹੀਂ ਕਿਉਂ ਨਹੀਂ ਲੈਣਾ ਕਿਉਂ ਕਿਉਂ ਜਾ ਇਸਕੇ ਸਾਥ ਖੇਲੋ ਕਿਉਂ ਬੁਰੀ ਬਾਤ ਜਾ ਮੋਇਸ ਭਾਈ ਕੋ ਬੁਲਾਓ ਤੇ ਮੈਂ ਆਪ ਕੋ ਫਿਰ ਨਾ ਚੀਜ਼ ਮੰਗਾ ਕੇ ਦੂੰ ਬਿਸਕੁਟ ਨਹੀਂ ਬਿਸਕੁਟ ਆਪ ਹੀ ਛੰਦ ਕੇ ਲੈ ਲੈ ਲਓ ਜਾਉ ਭਾਈ ਕੋ ਬੁਲਾ ਕੇ ਲਾਓ ਲੈ ਲਓ ਮਮਾ ਆ ਬੋਲੋ ਪਾਪਾ ਜੀ ਲੋ ਪਾਪਾ ਜੀ ਬੋਲੋ ਪਾਪਾ ਜੀ ਆ ਬੋਲੋ ਜ਼ੇਰਾ ਮੁਤ ਕੋ ਜਾਉ ਭਾਈ ਕੋ ਬੁਲਾ ਕੇ ਲਾਓ ਬੋਲ ਭਾਈ ਕੋ ਬੁਲਾ ਕੇ ਲਾਓ ਦੇਖੋ ਕਿੱਧਰ ਹੈ ਪਤੰਗ ਲਾ ਲਾ ਲੈ ਲੂ ਪਾਪਾ ਜੀ ਬਤਾ ਦੇ ਜਾ ਰਹੀਆਂ ਨਹੀਂ ਬਾਬਾ ਅਭੀ ਬਤਾ ਦੇ ਪਾਪਾ ਜੀ ਆ ਅਭੀ ਬਤਾ ਦੇ ਲੋ ਜੀ आपको ना अच्छे वाला डब्बा मंगा के देती हूँ इतना बड़ा हाँ जी डब्बा ना मंगवा के दे हाँ जी एक बिस्किट मंगवा
चलो ठीक है, जाओ भाई को बुलाओ, भाई मोइस को नया जाओ आप जाके लेके आओ भाई के साथ। दे, हाँ दे, दादा ने वो जो पुराने वक्तों में ऐसे ही खवातीन बनाती थी। ਬਾਜੀ ਪਤਾ ਫਤੂਈ ਪਾਈ ਹੁੰਦੀ ਸੀ ਤੇ ਫਤੂਈ ਚ ਮੇਰੇ ਤੇ ਨਾਨਾ ਬੁਨੇ ਉਹ ਧਿਆਨ ਸਿਰ ਪੈਸੇ ਲੈਣ ਜਿਹੜਾ ਅੱਛੇ ਵਾਲਾ ਬਿਸਕੁਟ ਲੈ ਨਾ ਧਿਆਨ ਸੇ ਜ਼ਿਆਦਾ ਕੇ ਲਈ ਵੀ ਲੈਣਾ ਉਸ ਦੇ ਖਾਇਆ ਨਾ ਖਾਇਆ ਜਾਂਦਾ ਛੋਟੇ ਦੇ ਦਿਵੋ ਗੁਮਾਈ ਤੋਂ ਨਹੀਂ ਗੁਮਾਤੀ ਆ ਮੋਸ ਕੋ ਦੇ ਦੇ ਹਾਂ ਆ ਵੀ ਆਪਣੇ ਲਈ ਵੀ ਲੈ ਆਓ ਜਾਓ ਫਿਰ ਆ ਜਾਓ ਆਪਣੇ ਲਈ ਜ਼ਹਿਰ ਕੇ ਲਈ ਜ਼ਿਆਦਾ ਕੇ ਲਈ ਔਰ ਆਪਣੇ ਲਈ ਬਕਾਇਆ ਪੈਸੇ ਲੈ ਕੇ ਆਣਾ ਅਨਾਇਕ ਮੇਰੇ ਜੋ ਕਿਤੇ ਦੇ ਅੱਛੇ ਵਾਲਾ ਜੋ ਕਿਤੇ ਕਿਤਾ ਟਾਈਮ